ਪੇ ਸਮਰਾ ਸੋ ਖਬਰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਹੋਰ ਮੰਤਰੀ ਦੇ ਘਰ ਰੌਣਕਾਂ ਲੱਗਣ ਵਾਲੀਆਂ ਨੇ ਵਿਆਹ ਦੀਆਂ ਜੀ ਆ ਦੱਸਦੇ ਕਿ ਆਮ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਦਾ ਵਿਆਹ ਹੋਣ ਜਾ ਰਿਹਾ ਹੈ ਖਬਰ ਸਾਹਮਣੇ ਆ ਰਹੀ ਹੈ ਕਿ ਮੰਤਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਜਿਨ੍ਹਾਂ ਦਾ ਵਿਆਹ ਹੋਣ ਜਾ ਰਿਹਾ ਹੈ ਤੇ ਇੱਕ ਇਸੇ ਮਹੀਨੇ ਦੇ ਵਿੱਚ ਜਿਹੜਾ ਉਹਨਾਂ ਦਾ ਵਿਆਹ ਹੋਵੇਗਾ ਸੋ ਇਸੇ ਮਹੀਨੇ ਦੇ ਵਿੱਚ ਉਹਨਾਂ ਦਾ ਵਿਆਹ ਹੋਣ ਜਾ ਰਹੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੀ ਵਿਆਹ ਹੋਵੇਗਾ ਦੱਸਿਆ ਕਿ ਆਈਪੀਐਸ ਅਧਿਕਾਰੀ ਦੇ ਨਾਲ ਉਹ ਵਿਆਹ ਕਰਵਾਉਣ ਜਾ ਰਹੇ ਨੇ ਸੋ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਪਹਿਲਾਂ ਵੀ ਕਈ ਮੰਤਰੀਆਂ ਵਿਧਾਇਕਾਂ ਦੇ ਵਿਆਹ ਹੋਏ ਨੇ ਤੇ ਹੁਣ ਸਿੱਖਿਆ ਮੰਤਰੀ ਹਰਜੋਤ ਬੈਂਸ ਹੋਰਾਂ ਦੇ ਵਿਆਹ ਦੀਆਂ ਤਿਆਰੀਆਂ ਜਿਹੜੀਆਂ ਨੇ ਉਸ਼ਰੋ ਹੁਤੂਕਿਆ ਨੇ ਆਈਪੀਐਸ ਅਧਿਕਾਰੀ ਦੇ ਨਾਲ ਉਹ ਵਿਆਹ ਕਰਵਾਉਣ ਚਾਰੇ ਨੇ ਤੇ ਇਥੇ ਦੱਸਣਾ ਬਣਦਾ ਹੈ ਕਿ ਚਰਚਾਵਾਂ ਤਾਂ ਇਹ ਵੀ ਚੱਲ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਦੋ ਹੋਰ ਮੰਤਰੀ ਨੇ ਜੋ ਹਾਲਜੇ ਅਨਮੈਰਿਡ ਨੇ ਗੱਲ ਕਰੀਏ ਤਾਂ ਮੀਤ ਹੇਰ ਤੇ ਉਧਰੋਂ ਅਨਮੋਲ ਗਗਨਮਨ ਜਿਹੜੇ ਹਲੇ ਵਿਆਹ ਜਿਨਾ ਨੇ ਨਹੀਂ ਕਰਵਾਇਆ ਲੇਕਿਨ ਚਰਚਾਵਾਂ ਉਹਨਾਂ ਦੇ ਵੀ ਵਿਆਹਾਂ ਦੀਆਂ ਜਲਦ ਚੱਲ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਉਹਨਾਂ ਨੇ ਟਾਈਮ ਦੇ ਵਿੱਚ ਉਹਨਾਂ ਦਾ ਵੀ ਜਲਦ ਜਿਹੜਾ ਵਿਆਹ ਹੋ ਸਕਦਾ ਚਰਚਾਵਾਂ ਜੜੀਆਂ ਚੱਲ ਰਹੀਆਂ ਨੇ ਲੇਕਿਨ ਹੁਣ ਦੱਸਈਏ ਕਿ ਆਮ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵਿਆਹ ਹੋਣ ਜਾ ਰਿਹਾ ਤੇ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਅਨੰਦਪੁਰ ਸਾਹਿਬ ਦੇ ਵਿੱਚ ਹੀ ਉਹਨਾਂ ਦਾ ਵਿਆਹ ਹੋਵੇਗਾ ਉਹਨਾਂ ਦੇ ਆਈਪੀਐਸ ਅਧਿਕਾਰੀ ਜੋ ਪਤਨੀ ਹੋਵੇਗੀ ਆਈਪੀਐਸ ਅਧਿਕਾਰੀ ਜਿਨ੍ਹਾਂ ਦੇ ਨਾਲ ਉਹ ਵਿਆਹ ਦੇ ਬੰਧਨ ਦੇ ਵਿੱਚ ਬੱਜਣ ਵਾਲੇ ਸੋ ਇਸੇ ਮਹੀਨੇ ਆਮ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਦੇ ਘਰ ਸ਼ਹਿਮਾਇਆ ਜਿਹੜੀਆਂ ਨੇ ਉਹ ਗੂੰਜਣ ਕਿਆਂ ਸੋ ਇੱਕ ਹੋਰ ਮੰਤਰੀ ਜਿਹੜੇ ਨੇ ਕੋੜੀ ਚੜਨਗੇ ਸੋ ਆਪਦੇ ਵਿੱਚ ਇੱਕ ਹੋਰ ਮੰਤਰੀ ਦੇ ਵਿਆਹ ਦੀਆਂ ਰੌਣਕਾਂ ਜਿਹੜੀਆਂ ਲੱਗਣ ਗਈਆਂ ਮੰਤਰੀ ਮੀਤ ਹੇਰ ਤੇ ਗगन ਅਨਮੋਲ ਗੱਲ ਕਰੀਏ ਉਹਨਾਂ ਦੇ ਵੀ ਵਿਆਹ ਦੀ ਜਿਹੜੀ ਉਡੀਕ ਕੀਤੀ ਜਾ ਰਹੀ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਸਾਦੇ ਢੰਗ ਦੇ ਨਾਲ ਇਹ ਵਿਆਹ কার্বনਗੇ ਸੋ ਆਪ ਤੇ ਵਿੱਚ ਇੱਕ ਹੋਰ ਮੰਤਰੀ ਦੇ ਵਿਆਹ ਦੀਆਂ ਰੋਣਕਾਂ ਜਿਹੜੀਆਂ ਲੱਗਣ ਗਿਆ ਸੋ ਇਸ ਤੋਂ ਪਹਿਲਾਂ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਵਿਆਹ ਹੋਇਆ ਹੋਰ ਵੀ ਮੰਤਰੀ ਵਿਧਾਇਕਾਂ ਦੇ ਵਿਆਹ ਹੋਏ ਤੇ ਉਸ ਤੋਂ ਬਾਅਦ ਹੁਣ ਸ਼ਿੱਖਿਆ ਮੰਤਰੀ ਹਰਜੋਤ ਬੈਂਸ ਜਿਨ੍ਹਾਂ ਦਾ ਵਿਆਹ ਜਿਹੜਾ ਹੋਣ ਜਾ ਰਿਹਾ ਸਾਤੇ ਢੰਗ ਦੇ ਨਾਲ ਉਹਨਾਂ ਦਾ ਵਿਆਹ ਹੋਵੇਗਾ ਇਸੇ ਮਹੀਨੇ ਅਨੰਦਪੁਰ ਸਾਹਿਬ ਦੇ ਵਿੱਚੋਂ ਵਿਆਹ ਕਰਵਾਉਣ ਜਾ ਰਹੇ ਨੇ ਸੋ ਮੰਤਰੀ ਹਰਜੋਤ ਬੈਂਸ ਆਈਪੀਐਸ ਅਧਿਕਾਰੀ ਦੇ ਨਾਲ ਵਿਆਹ ਕਰਵਾਉਣਗੇ ਬੜੇ ਸਾਦੇ ਤੇ ਢੰਗ ਦੇ ਨਾਲ ਜਿਹੜਾ ਵਿਆਹ ਕਰਵਾਇਆ ਜਾਵੇਗਾ ਸੋ ਜਲਦ ਵਿਆਹ ਦੇ ਬੰਧਨ ਦੇ ਵਿੱਚ ਬੱਜਣਗੇ ਮੰਤਰੀ ਹਰਜੋਤ ਬੈਂਸ ਸੋ ਆਪਦੇ ਵਿੱਚ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਹੋਰ ਮੰਤਰੀ ਦੇ ਵਿਆਹ ਦੀਆਂ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਇਸੇ ਮਹੀਨੇ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਹੋਰਾਂ ਦਾ ਵਿਆਹ ਜਿਹੜਾ ਹੋਵੇਗਾ ਸੋ ਵਿਆਹ ਦੀਆਂ ਰੌਣਕਾਂ ਜਿਹੜੀਆਂ ਨੇ ਲੱਗਣਗੀਆਂ ਜਲਦ ਵਿਆਹ ਦੇ ਬੰਧਨ ਦੇ ਵਿੱਚ ਬੱਜਣਗੇ ਮੰਤਰੀ ਹਰਜੋਤ ਬੈਂਸ ਦੱਸ ਦਈਏ ਕਿ ਆਈਪੀਐਸ ਅਧਿਕਾਰੀ ਦੇ ਨਾਲ ਉਹਨਾਂ ਦੇ ਵੱਲੋਂ ਵਿਆਹ ਜਿਹੜਾ ਭਾਇਆ ਚਾਵੇ ਗਿਆ ਆਈਪੀਐਸ ਅਧਿਕਾਰੀ ਨੇ ਜੋ ਉਹਨਾਂ ਦੇ ਪਤਨੀ ਨੇ ਸੋ ਇਸੇ ਮਹੀਨੇ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਇਹ ਵਿਆਹ ਹੋਵੇਗਾ ਮੰਤਰੀ ਮੀਤ ਹੇਰ ਤੇ ਗਗਨ ਅਨਮੋਲ ਉਹਨਾਂ ਦੀ ਗੱਲ ਕਰੀਏ ਤਾਂ ਜਿਨ੍ਹਾਂ ਨੇ ਹਲੇ ਵਿਆਹ ਨਹੀਂ ਕਰਵਾਇਆ ਅਨਮੈਰਿਡ ਨੇ ਉਹਨਾਂ ਦੇ ਵੀ ਵਿਆਹ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਜਿਹੜਾ ਕੀਤਾ ਜਾ ਰਿਹਾ ਹੈ ਕਿ ਮੰਤਰੀ ਜੋ ਮੀਤ ਹੇਰ ਨੇ ਅਨਮੋਲ ਗਗਨਮਾਨ ਨੇ ਉਹਨਾਂ ਦੇ ਵਿਆਹ ਦੀ ਵੀ ਉਡੀਕ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਲੇਕਿਨ ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਜੋ ਬੜੇ ਸਾਦੇ ਢੰਗ ਦੇ ਨਾਲ ਹੁਣ ਵਿਆਹ ਕਰਵਾਉਣ ਜਿਹੜਾ ਜਾ ਰਹੇ ਨੇ ਸੋ ਮੰਤਰੀ ਹਰਜੋਤਪਨ ਸੋ ਜਲਦ ਵਿਆਹ ਦੇ ਬੰਧਨ ਦੇ ਵਿੱਚ ਵੱਜਣਗੇ ਇਸੇ ਮਹੀਨੇ ਜਿਹੜਾ ਉਹਨਾਂ ਦੇ ਬੋਲੋ ਇਹ ਵਿਆਹ ਜਿਹੜਾ ਕਰਵਾਇਆ ਜਾਵੇਗਾ ਸੋ ਜਲਦ ਵਿਆਹ ਦੇ ਬੰਧਨ ਦੇ ਵਿੱਚ ਵੱਜਣਗੇ ਮੰਤਰੀ ਹਰਜੋਤ ਬੈਂਸ ਇਹ ਜੋ ਖਬਰ ਸਾਹਮਣੇ ਆ ਰਹੀ ਹੈ ਘਰ ਦੇ ਵਿੱਚ ਰੌਣਕਾਂ ਜਿਹੜੀਆਂ ਲੱਗਣਗੀਆਂ ਤੇ ਮੰਤਰੀ ਹਰਜੋਤ ਬੈਂਸ ਆਈਪੀਐਸ ਅਧਿਕਾਰੀ ਦੇ ਨਾਲ ਵਿਆਹ ਕਰਵਾਉਣਗੇ ਇਸੇ ਮਹੀਨੇ ਵਿਆਹ ਦੇ ਬੰਧਨ ਦੇ ਵਿੱਚ ਵੱਜਣਗੇ ਸੋ ਸਿੱਖਿਆ ਮੰਤਰੀ ਹਰਜੋਤ ਬੈਂਸ ਬੜੇ ਸਾਦੇ ਢੰਗ ਦੇ ਨਾਲ ਸਾਦੇ ਤਰੀਕੇ ਦੇ ਨਾਲੇ ਵਿਆਹ ਜਿਹੜਾ ਕਰਬੋਣ ਜਾ ਰਹੇ ਨੇ ਸੋ ਇਹਨਾਂ ਦੇ ਵਿਆਹ ਤੋਂ ਬਾਅਦ ਮੰਤਰੀ ਮੀਤ ਹੇਰ ਤੇ ਅਨਮੋਲ ਗਗਨ ਮਣਜੋ ਹਲੇ ਅਨਮੈਰਿਡ ਨੇ ਉਹਨਾਂ ਦੇ ਵਿਆਹ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਨੇ ਲੇਕਿਨ ਉਡੀਕ ਸਭ ਦੇ ਵੱਲੋਂ ਜੜੀ ਕੀਤੀ ਜਾ ਰਹੀ ਹੈ ਸੋ ਆਪ ਦੇ ਵਿੱਚ ਇੱਕ ਹੋਰ ਮੰਤਰੀ ਦੇ ਵਿਆਹ ਦੀਆਂ ਰੌਣਕਾਂ ਜਿਹੜੀਆਂ ਲੱਗਣਗੀਆਂ ਜਲਦ ਵਿਆਹ ਵੰਦਨ ਦੇ ਵਿੱਚ ਮੰਤਰੀ ਹਰਜੋਤ ਬੈਂਸ ਜਿਹੜੇ ਬਚਣਗੇ ਆਈਪੀਐਸ ਅਧਿਕਾਰੀ ਦੇ ਨਾਲ ਉਹ ਵਿਆਹ ਕਰਵਾਉਣਗੇ ਸੋ ਇਸੇ ਮਹੀਨੇ ਅਨੰਦਪੁਰ ਸਾਹਿਬ ਦੇ ਵਿੱਚ ਬੜੇ ਸਾਦੇ ਢੰਗ ਦੇ ਨਾਲ ਸਿੱਖਿਆ ਮੰਤਰੀ ਹਰਜੋਤ ਬੈਂਸ ਵਿਆਹ ਕਰਵਾਉਣਗੇ